ਇਹ ਤੁਸਾਂ ਪੰਜਾਬ ਦੇ ਵਜ਼ੀਰ ਆਲਾ ਦਾ ਬੜਾ ਪੀਕ ਤਸਕਰਾ ਕੀਤਾ ਹੈ ਤੇ ਇਹ ਪੰਜਾਬ ਦਾ ਵਜ਼ੀਰ ਆਲਾ ਕੌਣ ਹੋਏਗਾ ਜੀ ਬਿਲਕੁਲ ਇਹ ਸ਼ਾਨਵਤ ਸਾਹਿਬ ਅੱਜ ਦਾ ਬਹੁਤ ਵੱਡਾ ਸਵਾਲ ਹੈ ਔਰ ਮੈਂ ਸਮੀਨਾ ਕੇ ਤਕਰੀਬਨ ਪੂਰਾ ਪੰਜਾਬ ਜਿਹੜਾ ਉਹ ਇਸ ਸਵਾਲ ਦਾ ਜਵਾਬ ਲੱਭ ਰਿਹਾ ਹੈ ਕਿ ਪੰਜਾਬ ਦਾ ਅਗਲਾ ਵਜ਼ੀਰ ਆਲਾ ਕੌਣ ਹੋਏਗਾ ਤੁਹਾਨੂੰ ਪਤਾ ਹੈ ਕਿ ਪਿਛਲੇ ਤਕਰੀਬਨ 10 12 ਦਿਨ ਤੋਂ ਜੋ ਹਾਲਾਤ ਉਹ ਵਾਕਿਆਤ ਤੁਸੀਂ ਖੁਦ ਲਾਹੌਰ ਦੇ ਵਿੱਚੋ ਔਰ ਇਹ ਸਾਰੇ ਹਲਕੇ ਜਿਹੜੇ ਨੇ ਇਹ ਸਾਰੀਆਂ ਮੀਟਿੰਗਾਂ ਜਿਹੜੀਆਂ ਨੇ ਇਹ ਖੁਦ ਤੁਸੀਂ ਵੀ ਬੜੇ ক্লোਜ਼ਲੀ ਇਹਨੂੰ ਵੇਖ ਰਹੇ ਹੋ ਤੇ ਸਵਾਲ ਜਿਹੜਾ ਉਹ ਇਹ ਸਾਡੇ ਕੋਲ ਆ ਰਿਹਾ ਕਿ ਵਜ਼ੀਰਿਆਲਾ ਪੰਜਾਬ ਜਿਹੜਾ ਉਹ ਕੌਣ ਹੋਏਗਾ ਸਵਾਲ ਤੇ ਸ਼ਾਹਨਵਾਰ ਸਾਹਿਬ ਬੰਦਾ ਹੈ ਕਿ ਨਹੀਂ ਬੰਦਾ ਇਹ ਤੇ ਤੁਸੀਂ ਮੰਦੇ ਹੋ ਕਿ ਨਹੀਂ ਨਹੀਂ ਬਿਲਕੁਲ ਸਵਾਲ ਤੇ ਬੜਾ ਵੱਡਾ ਹੈ ਨਾ ਜੀ ਵਜ਼ੀਰਿਆਲਾ ਕੌਣ ਹੋਵੇਗਾ ਜੀ ਹਾਂ ਉਹਦੇ ਵਿੱਚ ਇਹ ਵੇਖ ਕੇ ਮੀਟਿੰਗਾਂ ਜਿਹੜੀਆਂ ਮਤਲਬ ਹੈ ਇੱਕ ਦਿਨ ਦੇ ਵਿੱਚ ਚੌਧਰੀ ਸਹਿਬਾਨ ਜਿਹੜੇ ਨੇ ਉਹਨਾਂ ਨੇ ਚਾਰ ਮੀਟਿੰਗਾਂ ਖੜਕਾ ਦਿੱਤੀਆਂ ਸ਼ਬਾਸ਼ شریف ਸਾਹਿਬ ਜਿਹੜੇ ਨੇ ਉਹ ਚੌਧਰੀ ਸਾਹਿਬ ਨੂੰ ਮਿਲੇ ਜ਼ਰਦਾਰੀ ਸਾਹਿਬ ਜਿਹੜੇ ਨੇ ਉਹ ਚੌਧਰੀ ਸਹਬਾਨ ਸਾਹਿਬ ਨੂੰ ਮਿਲੇ ਮੌਲਾਨਾ ਫਜ਼ਲਉਰ रहमान ਸਾਹਿਬ ਜਾ ਕੇ ਮਿਲੇ ਇਹ ਪਿਛਲੇ 10 ਦਿਨ ਦੇ ਵਿੱਚ ਉਹ ਤਿੰਨ ਤਿੰਨ ਦਫਾ ਆਪਸ ਵਿੱਚ ਮਿਲ ਚੁੱਕੇ ਨੇ ਜੀ ਹਾਂ ਇੱਕ ਇਹਦੀ ਇਹ ਵਜ੍ਹਾ ਕਿ ਉਹ ਇਤਿਹادیه ਨੂੰ ਨਾਲ ਲੈ ਕੇ ਚੱਲਣਾ ਚਾਹ ਰਹੇ ਨੇ ਆਪੋਜੀਸ਼ਨ ਵਾਲੇ ਜਿਹੜੇ ਉਹ ਕਹਿੰਦੇ ਨੇ ਕਿ ਇਹਦੀ ਖੇਡ ਜਿਹੜੀ ਹੈ ਇਹ ਖਤਮ ਜੇ ਤੇ ਚੁੱਪ ਕਰਕੇ ਇੱਜ਼ਤ ਨਾਲ ਤੁਸੀਂ ਸਾਡੇ ਕੋਲ ਆ ਜਾਓ ਤੇ ਚਲੋ ਜੋ ਤੁਹਾਡਾ ਕੋਈ ਹਿੱਸਾ ਜਿਹੜਾ ਹਿੱਸਾ ਤੁਹਾਨੂੰ ਮਤਲਬ ਇਹ ਜੁਸੇ ਦੇ ਮੁਤਾਬਕ ਤੁਹਾਡਾ ਬੰਦਾ ਆਇਆ ਉਹ ਤੁਹਾਨੂੰ ਜ਼ਰੂਰ ਦੇਾਂਗੇ ਉਹ ਸਰਕਾਰ ਜਿਹੜੀ ਗੱਲ ਅਸੀਂ ਅੱਜ ਆਵਾਮ ਦੇ ਅੱਗੇ ਰੱਖਣੀ ਆ ਜੋ ਇਨਫਾਰਮੇਸ਼ਨ ਅਸੀਂ ਦੇਣਾ ਚਾਹੁੰਦੇ ਆ ਉਹ ਇਹ ਵੇਖੇ ਜਿਹੜਾ ਮੀਆਂ ਨਵਾਜ਼ ਸ਼ਰੀਫ ਸਾਹਿਬ ਜਾਂ ਮੁਸਲਮ ਲੀਗ ਨੂ ਨ ਮੁਬਜਨਾ ਤੌਰ ਤੇ ਉਹਨਾਂ ਨੇ ਸ਼ੁਰੂ ਦੇ ਵਿੱਚ ਜਦੋਂ ਜ਼ਰਦਾਰੀ ਸਾਹਿਬ ਦੀ ਤੇ ਸ਼ਿਵਾਸ਼ ਸ਼ਰੀਫ ਸਾਹਿਬ ਦੀ ਪਹਿਲੀ ਮੁਲਾਕਾਤ ਹੁੰਦੀ ਹੈ ਮਾਡਾ ਟਾਉਂ ਦੇ ਵਿੱਚ ਔਰ ਉਸ ਮੁਲਾਕਾਤ ਨੇ ਹੀ ਜਿੱਥੋਂ ਇਹ ਸਾਰੀ ਸ਼ੁਰੂਆਤ ਹੋਈ ਕਿ ਨਿਆਜ਼ੀ ਨੂੰ ਹੁਣ ਕਾਰ ਕੱਲਣ ਦਾ ਟਾਈਮ ਆ ਗਿਆ ਉਸ ਮੁਲਾਕਾਤ ਦੇ ਵਿੱਚ ਵੀ ਇੱਕ ਗੱਲ ਜਿਹੜੀ ਹੈ ਉਹ ਛੜੀ ਸੀ ਕਿ ਪੰਜਾਬ ਦਾ ਕੀ ਕਰਨਾ ਉਹ ਸ਼ਿਵਾਸ਼ ਸ਼ਰੀਫ ਸਾਹਿਬ ਨੇ ਜਾਂ ਮੁਸਲਮਨ ਲੀਗ ਨੂਨ ਨੇ ਮੁਤਫਕਾ ਤੌਰ ਤੇ ਕਹਿ ਦਿੱਤਾ ਜ਼ਰਦਾਰੀ ਸਾਹਿਬ ਨੂੰ ਜੀ ਅਸੀਂ ਤੁਹਾਡੇ ਉੱਤੇ ਇਹ ਛੱਡ ਦਿੰਦੇ ਆ ਜੋ ਤੁਸੀਂ ਫੈਸਲਾ ਕਰੋਗੇ ਸਾਨੂੰ ਮਨਜ਼ੂਰ ਜੋ ਵੀ ਤੁਸੀਂ ਕਰਨਾ ਉਸ ਤੋਂ ਅਗਲੇ ਦਿਨ ਜ਼ਰਦਾਰੀ ਸਾਹਿਬ ਜਿਹੜੇ ਨੇ ਉਹੀ ਪੈਗਾਮ ਲੈ ਕੇ ਉੱਥੇ ਟਰ ਜਾਂਦੇ ਨੇ ਐ ਚੌਧਰੀ ਸਾਹਿਬਾਨ ਦੇ ਘਰ ਉੱਥੇ ਜਾ ਕੇ ਉਹਨਾਂ ਨਾਲ ਮੁਲਾਕਾਤ ਕਰਦੇ ਨੇ ਤੇ ਉਹਨਾਂ ਨੂੰ ਕਹਿੰਦੇ ਨੇ ਕਿ ਭਾਈ ਇਹ ਕੰਮ ਅਸੀਂ ਕਰ ਲੱਗੇ ਆ ਤੇ ਇੰਨੀ ਕੋ ਮੇਰੇ ਕੋਲ ਗੱਲ ਇਹ ਵਾ ਮੇਰੇ ਸਿਰ ਦੇ ਉੱਤੇ ਅਗਲੇ ਆਰੇ ਰੱਖੀਏ ਪੱਗ ਬੈ ਤੂੰ ਜੋ ਫੈਸਲਾ ਕਰੇਗਾ ਪੰਜਾਬ ਦਾ ਸਾਨੂੰ ਕੋਈ ਇਤਰਾਜ਼ ਨਹੀਂ ਉਹਦੇ ਵਿੱਚ ਇਹ ਗੱਲ ਉਹਨਾਂ ਨੇ ਸੀ ਕੀਤੀ ਵੀ ਤੁਸੀਂ ਪ੍ਰਵੇਜ ਲਾਏ ਨੂੰ ਬਣਾਣਾ ਹੈ ਜਾਂ ਕਿਸੇ ਹੋਰ ਨੂੰ ਬਣਾਣਾ ਹੈ ਜਾਂ ਕਿੰਨੂੰ ਬਣਾਣਾ ਹੈ ਫੈਸਲਾ ਉਹਨਾਂ ਇਹ ਉਹਨਾਂ ਦੇ ਰੱਖਿਆ ਬੈ ਤੋ ਜੋ ਤੁਸੀਂ ਕਹੋਗੇ ਤੁਸੀਂ ਕਰ ਦਿਓ ਜੋ ਮناسب ਸਮਝੋ ਉਹਨਾਂ ਨੇ ਜਾ ਕੇ ਚੌਧਰੀ ਸਹਿਬਾਨ ਨੂੰ ਕਿਹਾ ਜੀ ਮੇਰੇ ਸਿਰ ਤੇ ਅਗਲੇ ਨੇ ਪੱਗ ਰੱਖੀਏ ਤੇ ਤੁਸੀਂ ਦੱਸੋ ਬੈ ਸਾਡੇ ਨਾਲ ਤੁਸੀਂ ਮਿਲ ਕੇ ਤੇ ਇਹ ਨਿਆਜ਼ੀ ਨੂੰ ਕੱਢਣਾ ਜੇਕਰ ਨਹੀਂ ਇਹ ਕੱਢਣਾ ਉਹਨਾਂ ਨੇ ਜ਼ਰਦਾਰੀ ਸਾਹਿਬ ਨੂੰ ਹਾਂ ਕਰ ਦਿੱਤੀ ਕਿ ਜਨਾਬ ਸਾਡਾ ਵਜ਼ਨ ਵੀ ਤੁਹਾਡੇ ਸਿਰ ਤੇ। ਯਾਨੀ ਕਿ ਕਾਫ ਲੀਗ ਨੇ ਵੀ ਆਪਣਾ ਵਜ਼ਨ ਜਿਹੜਾ ਉਹ ਜ਼ਰਦਾਰੀ ਸਾਹਿਬ ਦੇ ਮੋਢਿਆਂ ਦੇ ਪਾਸਤਾ ਤੇ ਨੂਨ ਨੇ ਵੀ ਜ਼ਰਦਾਰੀ ਸਾਹਿਬ ਨੂੰ ਕਹਿਤਾ ਜੀ ਜੋ ਤੁਸੀਂ ਫੈਸਲਾ ਕਰੋ। ਇਹਦੇ ਵਿੱਚ ਹੀ ਫਿਰ ਜ਼ਰਦਾਰੀ ਸਾਹਿਬ ਨੇ ਸ਼ਿਬਾਸ਼ ਸ਼ਰੀਫ ਨੂੰ ਕਿਹਾ ਕਿ ਤੁਸੀਂ ਉਹਨਾਂ ਜਾ ਕੇ ਉਹਨਾਂ ਨੂੰ ਮਿਲ ਆਓ। ਉਹ ਫਿਰ ਸ਼ਿਬਾਸ਼ ਸ਼ਰੀਫ ਸਾਹਿਬ ਜਿਹੜੇ ਨੇ ਉਹ ਵੀ ਜਾ ਕੇ ਚੌਧਰੀ ਸਹਿਬਾਨ ਦੇ ਘਰ ਉਹਨਾਂ ਨੂੰ ਜਾ ਕੇ ਮਿਲਦੇ ਨੇ। ਔਰ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਸਰਕਾਰ ਇਹ ਗੱਲ ਹੈ ਤੇ ਇਹ ਬਾਤ ਜੋ ਜ਼ਰਦਾਰੀ ਸਾਹਿਬ ਤੁਹਾਡੇ ਨਾਲ ਗੱਲ ਕਰਕੇ ਆਏ ਸੀ। ਇਹੀ ਗੱਲ ਹੈ ਤੇ ਗੱਲ ਨੂੰ ਅੱਗੇ ਲੈ ਕੇ ਚੱਲ ਜਾਈਏ। ਉਹਨਾਂ ਨੇ ਕਿਹਾ ਜੀ ਠੀਕ ਹੈ ਸਾਡੀ ਅਸੀਂ ਮੀਟਿੰਗ ਬੁਲਾਨੀ ਹੈ ਆਪਣੀ ਖਾਨਦਾਨੀ ਤੇ ਉਸ ਤੋਂ ਬਾਅਦ ਅਸੀਂ ਸ਼ਾਨਵਾ ਸਭ ਫੈਸਲਾ ਕਰਨਾ ਹੈ। ਉਹੀ ਫਿਰ ਇੰਨੀ ਦੇਰ ਦੇ ਵਿੱਚ ਮੌਲਾਨਾ ਸਾਹਿਬ ਵੀ ਉੱਥੇ ਪਹੁੰਚ ਜਾਂਦੇ ਨੇ। ਹੁਣ ਜਦੋਂ ਇਹ ਸਾਰੀਆਂ ਮੀਟਿੰਗਾਂ 2-2 3 ਦਿਨ ਦਫਾ ਹੋ ਚੁੱਕੀਆਂ ਨੇ। ਕਿਉਂਕਿ ਹੁਣ ਮਾਮਲਾ ਆ ਗਿਆ ਹੈ ਆਖਰੀ ਮਰਾਹਲ ਦੇ ਉੱਤੇ ਕਿਉਂਕਿ ਅਗਲੇ 72 ਘੰਟੇ ਜਿਹੜੇ ਨੇ ਉਹਨਾਂ ਦੇ ਵਿੱਚ ਇਹ ਫੈਸਲਾ ਹੋਣਾ ਹੈ ਕਿ ਗੱਲ ਕਿਸ ਦਿਨ ਸਾਂ ਟੋਰਨੀ ਹੈ ਨਿਆਜ਼ੀ ਨੂੰ ਕਿਸ ਦਿਨ ਛੇੜਨਾ ਹੈ ਸਾਂ ਉਹਦੇ ਵਿੱਚ ਫਿਰ ਇਹ ਗੱਲ ਜਿਹੜੀ ਹੈ ਇਹ ਹੁੰਦੀ ਹੈ ਕਿ ਜੀ ਪੰਜਾਬ ਦਾ ਵਜ਼ੀਰ ਇਲਾਹ ਕੌਣ ਹੋਏਗਾ ਕਿਉਂਕਿ ਚੌਧਰੀਆਂ ਨੇ ਤੇ ਕੱਲ ਇੱਕ ਸ਼ੁਦਰੀ ਜੀ ਛੱਡੀ ਕਿ ਸਾਡੇ ਕੋਲ 11 ਐਮਐਨਏ ਹੋਰ ਵੀ ਐਨ ਸਾਡੇ ਚੋਂ ਪੰਜਾਂ ਤੋਂ ਇਲਾਵਾ ਵੀ ਉੱਥੋਂ ਫਿਰ ਗੱਲ ਦੁਬਾਰਾ ਛਿੜਦੀ ਹੈ ਤਿੰਨ ਨਾਮ ਜਿਹੜੇ ਨੇ ਉਹ ਜ਼ਰਦਾਰੀ ਸਾਹਿਬ ਦੇ ਕੋਲ ਪਹੁੰਚ ਜਾਂਦੇ ਨੇ। وزارت اعلی ਪੰਜਾਬ ਵਾਸਤੇ। ਸਭ ਤੋਂ ਪਹਿਲਾ ਜਿਹੜਾ ਨਾਮ ਹੈ ਜਿਹੜਾ ਇੱਕ ਸਾਹਿਬ ਦਾ ਤੋਫੀਕਾ ਨਾਮ ਹੈ ਜੋ ਖਬਰਾਂ ਆ ਰਹੀਆਂ ਨੇ। ਉਹ ਜੇ ਅਗਰ ਅਸੂਲ ਵੇਖਿਆ ਜਾਏ ਤੇ ਸਭ ਤੋਂ ਪਹਿਲਾ ਜਿਹੜਾ ਹੱਕ ਉਹ ਬਣਦਾ ਹਮਜ਼ਾ ਸ਼ਿਬਾਹ ਸ਼ਰੀਫ ਦਾ। ਇਹਦਾ ਐਲਾਨ ਅੱਜ ਤੋਂ 6 ਮਹੀਨੇ ਪਹਿਲੇ ਜ਼ਰਦਾਰੀ ਸਾਹਿਬ ਜਾਂ ਬਲਾਵਲ ਸਾਹਿਬ ਕਰ ਚੁੱਕੇ ਨੇ ਤੁਹਾਨੂੰ ਯਾਦ ਹੋਏ ਇੱਕ ਵਾਰ ਉਹਨਾਂ ਦੇ ਰਿਹਾਈ ਤੋਂ ਬਾਅਦ ਉਹਨਾਂ ਦੇ ਘਰ ਜਦੋਂ ਖਾਣਾ ਖਾਣ ਆਏ ਸੀ ਆ ਮੁਬਾਰਕਬਾਦ ਦੇਣ ਆਏ ਸੀ ਸਭ ਤੋਂ ਪਹਿਲਾਂ ਹੱਕ ਦੇ ਬਰਦਾ ਹਮਜ਼ਾ ਸ਼ਿਬਾਜ਼ ਦਾ ਅਗਰ ਪਾਰਟੀ ਪੋਜੀਸ਼ਨ ਦੇ ਸਾਹਿਬ ਨਾਲ ਤੁਸੀਂ ਇਹਨੂੰ ਵੇਖਿਆ ਜਾ ਲੇਕਿਨ ਉਹਦੇ ਵਿੱਚ ਇਹ ਖਰਾਬੀ ਆ ਰਹੀ ਹੈ ਕਿ ਜੇ ਸ਼ਿਵਾਸ਼ ਸ਼ਰੀਫ ਸਾਹਿਬ ਨੇ ਵਜ਼ੀਰ ਆਜ਼ਮ ਬਣਨਾ ਹੈ ਤੇ ਫਿਰ ਹਮਜ਼ਾ ਸਾਹਿਬ ਜਿਹੜੇ ਨੇ ਉਹ ਵਜ਼ੀਰਤ ਨਹੀਂ ਬਣ ਸਕਦੇ ਨਾ ਜੀ ਇਹ ਤੇ ਵੈਸੇ ਹੀ ਉਹ ਇੱਕ ਸਿਸਟਮ ਜਿਹੜਾ ਮਤਲਬ ਕਿ ਉੱਤੇ ਪਿਓ ਤੇ ਥੱਲੇ ਪੁੱਤਰ ਉਹ ਜਰਾ ਕੋ ਗੇਮ ਪੂਰੀ ਜੱਜਦੀ ਨਹੀਂ ਉਹ ਫਿਰ ਜਿਹੜੇ ਕੋਈ ਮਤਫਿਕਾ ਲੋਕ ਸੀ ਇਹ ਜਿਹੜੀਆਂ ਸਾਰੀਆਂ ਪਾਰਟੀਆਂ ਨੇ ਉਹਨਾਂ ਨੇ ਕੋਈ ਫੈਸਲਾ ਕੀਤਾ ਜੀ ਕੋਈ ਮਲਕ ਅਹਿਮਦ ਸਾਹਿਬ ਨੇ ਕੋਈ ਬੜੇ ਡੀਸੈਂਟ ਸਿਆਸਤਦਾਨ ਨੇ ਬੜੇ ਯੰਗ ਨੇ ਬੜੇ ਨੌਜਵਾਨ ਨੇ ਔਰ ਸ਼ਬਾਸ਼ ਸ਼ਰੀਫ ਸਾਹਿਬ ਦੇ ਪੋਲੀਟੀਕਲ ਸੈਕਟਰੀ ਵੀ ਨੇ ਉਹ ਜ਼ਿਲ੍ਹਾ ਕਸੂਰ ਤੋਂ ਤੇ ਉਹਨਾਂ ਤੇ ਕੋਈ ਜਿਹੜਾ ਮੁਤਫਕਾ ਤੌਰ ਤੇ ਫੈਸਲਾ ਕਰ ਲਓ ਮਲਕ احمد ਬੜਾ ਹੀ ਅੱਛਾ ਬੋਲਦੇ ਵੀ ਨਹੀਂ ਔਰ ਬੜਾ ਸੁਲਝਿਆ ਆਇਆ ਔਰ ਪੜਿਆ ਲਿਖਿਆ ਆਦਮੀ ਹੈ ਔਰ ਸ਼ਿਬਾਸ਼ਰੀ ਸਾਹਿਬ ਦੇ ਪੋਲਿਟিক্যাল ਸੈਕਟਰੀ ਨੇ ਇਹ ਜਿਹੜੀ ਗੱਲ ਜਦੋਂ ਹੁੰਦੀ ਹੈ ਨਾ ਕਿ ਮਲਕ احمد ਸਾਹਿਬ ਤੇ ਸਾਰੇ ਇੱਕ ਹਸਾਬ ਦੇ ਮੁਤਫਕ ਹੋ ਜਾਂਦੇ ਨੇ ਤੇ ਫਿਰ ਚੌਧਰੀਆਂ ਨੂੰ ਲੱਗਦਾ ਪਤਾ ਉਹ ਫਿਰ ਪਹੁੰਚ ਜਾਂਦੇ ਨੇ ਜ਼ਰਦਾਰੀ ਹਾਊਸ ਲਾਹੌਰ ਦੇ ਵਿੱਚ ਕੱਲ ਉੱਥੇ ਜਾ ਕੇ ਫਿਰ ਕਹਿੰਦੇ ਨੇ ਕਿ ਜਨਾਬ ਸਾਡੇ ਕੋਲ ਆਪਣੇ 5 ਤੇ ਐਮਐਨਏ ਹੈ ਹੀ ਹੈਨ ਲੇਕਿਨ 11 ਸਾਡੇ ਕੋਲ ਪੀਟੀਆਈ ਦੇ ਵੀ ਹਜੇ ਤੇ ਨਾਲ ਜਿਹੜੇ ਉਹ 7 ਮੈਂਬਰ ਨੇ ਐਮਕਯੂਐਮ ਦੇ ਉਹ ਵੀ ਸਾਡੀ ਜਿਹਾ ਬੈਠਨੇ ਉਹ ਸਾਡੇ ਤੇ ਆਪਣੀ ਪੱਗ ਜਿਹੜੀ ਉਹ ਰੱਖ ਗਿਆ ਨੇ ਵੀ ਜੋ ਤੁਸੀਂ ਕਰੋਗੇ ਤੇ ਅਸੀਂ ਤੁਹਾਨੂੰ ਸਾਨੂੰ ਕਬੂਲ ਹੈ ਮਤਲਬ ਗੇਮ ਤੁਸੀਂ ਚੈੱਕ ਕਰੋ ਨਾ ਕਿੰਨੀ ਫਸ ਗਈ ਹੈ ਉਹ ਫਿਰ ਦੁਬਾਰਾ ਜਦੋਂ ਚੌਧਰੀ ਸਹਿਬਾਨ ਮਿਲਦੇ ਨੇ ਜ਼ਰਦਾਰੀ ਸਾਹਿਬ ਨੂੰ ਤੇ ਉਹ ਜਾ ਕੇ ਨਵੀਂ ਆਫਰ ਕਰਾਉਣ ਦੀ 11 ਸਾਡੇ ਕੋਲ ਆਏ ਨੇ ਚਾਰ ਪੰਜ ਸਾਡੇ ਆਪਨੇ ਨੇ ਤੇ ਐਮਕਯੂਐਮ ਵੀ ਸਾਡੇ ਨਾਲ ਤੇ ਇਹ ਬੰਦੇ ਤੇ ਬਣ ਜਾਂਦੇ ਨੇ ਕੋਈ 21 22 ਠੀਕ ਹੈ ਨਾ ਜੀ ਉਹ ਫਿਰ ਫਟਾਫਟ ਫਿਰ ਜ਼ਰਦਾਰੀ ਸਾਹਿਬ ਨੂੰ ਸ਼ੁਭਾਸ਼ੀਬ ਸਾਹਿਬ ਕੋਲ ਫਿਰ ਜਾਣਾ ਪਿਆ ਗਿਆ ਸ਼ਾਮ ਨੂੰ ਉੱਥੇ ਜਾ ਕੇ ਨਵੀਂ ਲਿਸਟ ਜਿਹੜੀ ਉਹ ਹਾਈਕ ਸਰਕਾਰ ਇਹ ਗੱਲ ਹੈ ਇਹ ਉਹ ਕਹਿ ਰਹੇ ਨੇ ਤੇ ਦੱਸੋ ਕੀ ਕਰਨਾ ਹੈ ਉਹਨਾਂ ਨੂੰ ਮੈਂ ਕੀ ਆਫਰ ਕਰਾਵਾਂ ਜਿਹੜੀ ਗੱਲ ਹੈ ਆਪਣਾ ਵਜ਼ਨ ਜਿਹੜਾ ਹੈ ਉਹ ਆਪਣੀ ਇੱਕ ਵਡਾ ਰਹੇ ਨੇ ਕਿ ਸਾਨੂੰ ਹਿੱਸਾ ਜ਼ਿਆਦਾ ਮਿਲਣਾ ਚਾਹੀਦਾ ਮਤਲਬ ਹੈ ਅੱਗੇ ਤੇ ਉਹ ਸਪੀਕਰ ਪੰਜਾਬ اسمبلی ਨੇ ਤੇ ਜਿਹੜੀ ਗੱਲ ਹੈ ਇਸ ਤੋਂ ਵੱਡੀ ਤੇ ਕੁਸ਼ਾ ਮੰਗਣਗੇ ਤੇ ਤਾਂ ਹੀ ਉਹਨਾਂ ਨੇ 11 ਬੰਦੇ ਨਵੇਂ ਦਿੱਤੇ ਰੇ ਨਾ ਆਪਣੇ ਜੀ ਸਾਡੇ ਕੋਲ 11 ਪੀਟੀਆਈ ਦੇ ਵੀ ਹਨ ਤੇ ਐਮਕਯੂਐਮ ਜਿਹੜੀ ਹੈ ਉਹਨੇ ਵੀ ਸਾਡੇ ਪਿੱਛੇ ਆਮੀਨ ਕਹਿਣੀ ਹੈ ਉਹ ਅਗਰ ਉੱਥੇ ਲਿਸਟ ਪਵਾੜਾ ਫਿਰ ਐਕਸਚੇਂਜ ਹੁੰਦੀ ਹੈ ਫਿਰ ਰਾਤ ਦੇ ਉੱਤੇ ਹਾਈ ਕਮਾਂਡਾਂ ਦੇ ਬਹਿ ਕੇ ਉੱਥੇ ਵੀਡੀਓ ਕਾਲ ਜੋ ਵੀ ਉਹ ਕਰਦੇ ਨੇ ਕਿਉਂਕਿ ਹਰ ਚੀਜ਼ ਬੜੀ ਸੀਕ੍ਰੀਟ ਉਹਦੇ ਵਿੱਚੋਂ ਫਿਰ ਇਹੀ ਦੁਬਾਰਾ ਨਿਕਲਿਆ ਕਿ ਜੋ ਜ਼رداری ਸਾਹਿਬ ਫੈਸਲਾ ਕਰਨਗੇ ਸਭ ਤੋਂ ਪਹਿਲੇ ਨਿਆਜ਼ੀ ਨੂੰ ਜਦੋਂ ਹਟਾਇਆ ਜਾਏਗਾ ਨਿਆਜ਼ੀ ਦੇ ਹਟਾਨ ਤੋਂ ਬਾਅਦ ਪੰਜਾਬ ਦਾ ਫੈਸਲਾ ਜੋ ਜ਼رداری ਸਾਹਿਬ ਕਰਨਗੇ ਮੌਲਾਨਾ ਨਵੀ ਮਨਜ਼ੂਰ ਹੋਏਗਾ ਮੁਸਲਮ لیگ ਨੂ ਵੀ ਮਨਜ਼ੂਰ ਹੋਏਗਾ ਕਾਫ ਲੀਗ ਨੂ ਵੀ ਮਨਜ਼ੂਰ ਹੋਏਗਾ ਔਰ ਜਿਹੜੀਆਂ ਹੋਰ ਇਤਹਾਦੀ ਪਾਰਟੀਆਂ ਜਾਂ ਹੋਰ ਜਿਹੜੇ اپੋਜੀਸ਼ਨ ਦੀਆਂ ਜਿੰਨੀਆਂ ਪੀਡੀਐਮ ਦੀਆਂ ਜਮਾਤਾਂ ਨੇ ਉਹਨਾਂ ਨੂੰ ਵੀ ਇਹ ਕਬੂਲ ਹੋਏਗਾ ਕੱਲ ਰਾਤ ਜਿਹੜੀਆਂ ਮੀਟਿੰਗਾਂ ਹੋਈਆਂ ਇਨੀ ਥਰਥਲੀ ਜਿਹੜੀ ਪਈ ਰਹੀ ਏ ਉਹ ਚੌਧਰੀਆਂ ਨੇ ਇੱਕ ਨੁਕਤੇ ਦੇ ਉੱਤੇ ਉਫਸਾ ਲਿਆ ਵੀ ਸਾਡੇ ਕੋਲ ਵੀ ਬੰਦੇ ਹੈਂ ਜ਼ਿਆਦਾ ਸਾਨੂੰ ਤੁਸੀਂ ਇਹ ਨਹੀਂ ਬਹਿ ਨਹੀਂ ਰਹੀ ਐ ਸਪੀਕਰੀ ਤੇ ਰੱਖੋ ਯਾ ਇੱਕ ਦੀ ਵਿਜ਼ਾਰਤ ਹੋਰ ਦੇ ਦਿਓ ਯਾ ਮਤਲਬ ਸਜੇ ਖਬੇ ਤੁਸੀਂ ਗੇਮ ਕਰੋ ਤੇ ਬੰਦੇ ਸਾਡੇ ਕੋਲ ਵੀ ਜ਼ਿਆਦਾ ਨੇ ਕਰਲੇ ਸਾਡੇ 5 ਵੋਟ ਨਹੀਂ 11 ਹੋਰ ਵੀ ਆਣ ਔਰ ਉਸ ਵਜ੍ਹਾ ਤੋਂ ਫਿਰ ਉੱਤਰਥਲੀ ਪਈ ਤੇ ਮੀਟਿੰਗਾਂ ਹੋਈਆਂ ਤੇ ਬਰ ਮੇਰਾ ਜੋ ਸਿਆਸੀ ਜ਼ੇਨ ਕਹ ਰਿਹਾ ਕਿ 50% ਜਿਹੜੇ ਚਾਂਸ ਨੇ ਉਹ پرویز ਇਲਾਈ ਦੇ ਨੇ ਤੇ 25% ਚਾਂਸ ਜਿਹੜੇ ਨੇ ਉਹ ਮਲਕ ਅਹਿਮਦ ਖਾਨ ਜਿਹਨੇ ਕਸੂਰ ਵਾਲੇ ਸਾਹਿਬ ਜਿਹੜੇ ਨੇ ਔਰ 25% ਚਾਂਸ ਜਿਹੜੇ ਨੇ ਉਹ ਹਮਜ਼ਾ ਸ਼ਬਾਸ਼ ਸ਼ਰੀਫ ਸਾਹਿਬ ਦੇ ਨੇ ਹਾਂ ਅਗਰ ਅਗਰ ਮਰਕਜ਼ ਦੇ ਵਿੱਚ ਵਜ਼ੀਰ ਆਜ਼ਮ ਆ ਜਾਂਦਾ ਪੀਪਲਸ ਪਾਰਟੀ ਦਾ ਯਾਨੀ ਕਿ ਰਾਜਾ ਪ੍ਰਵੇਦ ਅਸ਼ਰਫ ਸਾਹਿਬ ਅਗਰ ਆ ਜਾਂਦੇ ਨੇ ਤੇ ਦੋ ਦੋ ਬੰਦਿਆਂ ਦਾ ਚਾਂਸ ਆ ਉੱਥੇ ਰਾਜਾ ਪ੍ਰਵੇਦ ਅਸ਼ਰਫ ਜਾਂ ਬਲਾਵਲ ਪੁੱਟੋ ਜ਼ਰਦਾਰੀ ਅਗਰ ਇਹਨਾਂ ਦਾ ਮਰਕਜ਼ ਉਧਰ ਚਲਾ ਜਾਂਦਾ ਤੇ ਫਿਰ ਆਟੋਮੈਟਿਕਲੀ ਜ਼ਰਦਾਰੀ ਸਾਹਿਬ ਦਾ ਫੈਸਲਾ ਇਹੀ ਆਣਾ ਜੀ ਹਮਜ਼ਾ ਸ਼ਿਵਾਸ ਜਿਹੜਾ ਉਹ ਵਜ਼ੀਰ ਆਲਾ ਹੋਏਗਾ ਔਰ ਅਗਰ ਮਰਕਜ਼ ਜਿਹੜਾ ਜਿਹੜਾ ਅੱਜ ਦੀ ਰਿਪੋਰਟ ਹੈ ਉਹ ਇਹੀ ਮੁਤਫਕ ਨੇ ਸਾਰੇ ਕਿ ਸ਼ਿਬਾਸ਼ ਸ਼ਰੀਫ ਸਾਹਿਬ ਜਿਹੜੇ ਨੇ ਉਹ ਮਰਕਜ਼ ਸਵਾਲੰਦੇ ਤੇ ਜੇ ਮਰਕਜ਼ ਸ਼ਿਬਾਸ਼ ਸ਼ਰੀਫ ਸਾਹਿਬ ਹੋਣਗੇ ਤੇ ਪੰਜਾਬ ਵਿੱਚ ਫਿਰ 50% ਚਾਂਸ ਹੈ ਨੇ ਕਿ ਇਹ ਆਪਣਾ ਪ੍ਰਵੇਜ਼ ਆਈ ਸਾਹਿਬ ਜਿਹੜੇ ਨੇ ਉਹ ਹੋਣਗੇ ਵਜ਼ੀਰ-ਏ-ਹਾਲਾ ਇਹ ਫੈਸਲਾ ਜਿਹੜਾ ਇਹ ਅਗਲੇ 48 ਘੰਟੇ ਦੇ ਵਿੱਚ ਇਹਦੇ ਤੇ ਵੀ ਮੋਰ ਜਿਹੜੀ ਉਹ ਲੱਗ ਜਾਣੀ ਹੈ ਕਿਉਂਕਿ ਇਹਦੇ ਥੋੜੇ ਜਿਹੜੀ ਹੈਗੀ ਆ ਨਾ ਰਿਜ਼ਰਵੇਸ਼ਨ ਉਹ ਹੈਗੀ ਆ ਮੁਸਲਮ ਲੀਗ ਨੂਨ ਦੀ ਇਹ ਮੌਲਾਨਾ ਸਾਹਿਬ ਵੀ ਮਤਫਕ ਨੇ ਤਕਰੀਬਨ ਜ਼ਰਦਾਰੀ ਸਾਹਿਬ ਤੇ ਅੱਗੇ ਹੀ ਮਤਫਕ ਹੋਣਗੇ ਔਰ ਇਹਦੇ ਵਿੱਚ ਸਿਰਫ ਔਰ ਸਿਰਫ ਅਗਰ ਇਹ ਮੋੜ ਲਗਣੀ ਹੈ ਤੇ ਉਹ ਨਵਾਜ਼ ਸ਼ਰੀਫ ਸਾਹਿਬ ਦੀ ਲਗਣੀ ਹੈ ਤੇ ਫਿਰ ਇਹ ਵੀ ਜਿਹੜਾ ਮਸਲਾ ਇਹ ਵੀ ਹੱਲ ਹੋ ਜਾਣਾ ਕਿ ਪੰਜਾਬ ਵਿੱਚ ਫਿਰ ਜਿਹੜੀ ਪਾਵਰ ਸ਼ੇਅਰਿੰਗ ਹੈ ਉਹ ਕਿਸ ਤਰ੍ਹਾਂ ਦੀ ਹੋਣੀ ਹੈ ਅਗਰ ਅਸੈਂਬਲੀ 6 ਮਹੀਨੇ ਆਸਤੇ ਰੱਖਣੀ ਹੈ ਜਾਂ 1.5 ਸਾਲ ਆਸਤੇ ਰੱਖਣੀ ਹੈ ਜਾਂ 3 ਮਹੀਨੇ ਆਸਤੇ ਰੱਖਣੀ ਹੈ ਏ ਵੀ ਅਗਲੇ 48 72 ਘੰਟਿਆਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਤੈਹ ਹੋਣੀਆਂ ਬੜੀ ਖਮੋਸ਼ੀ ਦੇ ਨਾਲ ਲੇਕਿਨ ਮੇਰੀ ਸੈਂਸ ਜਿਹੜੀ ਹੈ ਜੋ ਮੇਰੀ ਸੋਚ ਹੈ ਉਹ ਇਹ ਕਹਿ ਰਹੀ ਹੈ ਕਿ ਮਰਕਜ਼ ਦੇ ਵਿੱਚ ਸ਼ਿਵਾਸ਼ੀ ਸਿੰਘ ਸਾਹਿਬ ਨੇ ਆਣਾ ਹੈ ਔਰ ਪੰਜਾਬ ਦੇ ਵਿੱਚ ਜਿਹੜਾ ਉਹ ਪ੍ਰਵੇਜ ਲਈ ਦਾ ਚਾਂਸ ਜਿਹੜਾ ਉਹ ਬਣਦਾ ਨਜ਼ਰ ਆ ਰਿਹਾ ਜੀ ਸ਼ਾਨਵਤ ਸਾਹਿਬ